ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ ਯੂਟਿਊਬ ਚੈਨਲ 'ਤੇ ਸਵਾਗਤ ਹੈ। ਸਾਡੀ ਅੱਜ ਦੀ ਵੀਡੀਓ ਬੇਸਿਕ ਇਲੈਕਟ੍ਰੀਕਲ ਦੇ ਨਾਲ ਜਿਹੜੇ ਸਮ ਹੈਗੇ ਆ, ਸਵਾਲ ਹੈਗੇ ਆ, ਉਹਨਾਂ ਨਾਲ ਜਿਹੜੇ ਰਿਲੇਟਡ ਅਸੀਂ ਫਾਰਮੂਲਾ ਪਹਿਲਾਂ ਸਮਝਾਂਗੇ, ਕਿਉਂਕਿ ਜਦੋਂ ਵੀ ਅਸੀਂ ਕੋਈ ਸਵਾਲ ਸਮਝਣੇ ਹੈਗੇ ਆ ਤਾਂ ਉਸ ਤੋਂ ਪਹਿਲਾਂ ਸਾਨੂੰ ਜਿਹੜੇ ਫਾਰਮੂਲਾਜ਼ ਨੇ ਕਿੱਥੇ ਅਪਲਾਈ ਹੁੰਦੇ ਆ, ਕਿਹੜੇ ਕਿਹੜੇ ਨੇ, ਔਰ ਅਸੀਂ ਕਿਹੜੀ ਕੁਆਂਟਿਟੀ ਫਾਇੰਡ ਆਊਟ ਕਰਨੀ, ਉਸ ਦੇ ਬਾਰੇ ਪਤਾ ਹੋਣਾ ਚਾਹੀਦਾ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੇ ਵਾਟ ਇਜ਼, ਯਾਨੀ ਕਿ ਪਾਵਰ ਮੇਜ਼ਰ ਕਰਨੀ ਹੈ, ਵਾਟ ਇਜ਼ ਰਜਿਸਟੈਂਸ, ਕਰੰਟ ਜਾਂ ਵੋਲਟੇਜ ਪਤਾ ਕਰਨਾ ਹੈਗਾ ਤਾਂ ਉਦੋਂ ਅਸੀਂ ਕਿਹੜੇ ਕਿਹੜੇ ਫਾਰਮੂਲੇ ਯੂਜ਼ ਕਰਨੇ ਆ ਉਹ ਇਸ ਵੀਡੀਓ ਦੇ ਵਿੱਚ ਜਾਣਾਂਗੇ। ਸੋ ਇਹ ਸਾਰੇ ਫਾਰਮੂਲਾ ਸਮਝਣ ਤੋਂ ਪਹਿਲਾਂ ਇੱਕ ਸਿੰਪਲ ਟ੍ਰੈਂਗਲ ਹੈਗੀ ਆ, ਜਿਸ ਨੂੰ ਅਸੀਂ ਮੈਜਿਕ ਟ੍ਰੈਂਗਲ ਕਹਿ ਦਿੰਦੇ ਹਾਂ। ਇਹ ਵੀ ਓਮਜ਼ ਲਾਅ ਦੇ ਅਨੁਸਾਰ ਜਿਹੜੇ ਸਿੰਪਲ ਕੁਐਸਚਨ ਹੈਗੇ ਆ ਉਹਨਾਂ ਨੂੰ ਸੋਲਵ ਕਰਨ ਦੇ ਵਿੱਚ ਹੱਲ ਕਰਦੀ ਹੈ। ਇਸ ਦੇ ਵਿੱਚ ਉੱਪਰ ਆ ਗਿਆ ਵੀ ਆਈ, ਯਾਨੀ ਕਿ ਕਰੰਟ, ਔਰ ਆਰ ਰਜਿਸਟੈਂਸ। ਸੋ ਜਿਹੜੀ ਵੀ ਚੀਜ਼ ਅਸੀਂ ਫਾਇੰਡ ਆਊਟ ਕਰਨੀ ਹੈ ਉਸਨੂੰ ਅਸੀਂ ਛੁਪਾ ਲੈਣਾ। ਮੰਨ ਲਓ ਅਸੀਂ ਵੀ ਯਾਨੀ ਕਿ ਵੋਲਟੇਜ ਫਾਇੰਡ ਆਊਟ ਕਰਨੀ ਹੈ ਤਾਂ ਇਸ 'ਤੇ ਅੰਗੂਠਾ ਰੱਖ ਲੈਣਾ, ਤਾਂ ਸਾਡੇ ਕੋਲ ਕੀ ਰਹਿ ਗਿਆ, ਆਈ ਇੰਟੂ ਆਰ। ਵੋਲਟੇਜ ਪਤਾ ਕਰਨਾ ਤਾਂ ਆਈ ਇੰਟੂ ਆਰ, ਯਾਨੀ ਕਿ ਕਰੰਟ ਗੁਣਾ ਰਜਿਸਟੈਂਸ। ਔਰ ਜੇ ਅਸੀਂ ਕਰੰਟ ਫਾਇੰਡ ਆਊਟ ਕਰਨਾ ਤਾਂ ਅਸੀਂ ਇਸ ਨੂੰ ਛੁਪਾ ਲਾਂਗੇ, ਵੋਲਟੇਜ ਡਿਵਾਈਡਡ ਬਾਏ ਆਰ। ਜੇ ਅਸੀਂ ਆਈ ਪਤਾ ਕਰਨੀ ਹੈ ਤਾਂ ਇੱਥੇ ਸਾਡੇ ਕੋਲ ਕੀ ਆ ਜਾਏਗਾ, ਵੋਲਟੇਜ ਡਿਵਾਈਡਡ ਬਾਏ ਰਜਿਸਟੈਂਸ। ਅਤੇ ਜੇ ਅਸੀਂ ਰਜਿਸਟੈਂਸ ਪਤਾ ਕਰਨੀ ਹੈ ਤਾਂ ਵੋਲਟੇਜ ਡਿਵਾਈਡਡ ਬਾਏ ਕਰੰਟ, ਯਾਨੀ ਕਿ ਰਜਿਸਟੈਂਸ ਬਰਾਬਰ ਹੈ, ਇਸ ਨੂੰ ਅਸੀਂ ਛੁਪਾ ਲਿਆ ਤਾਂ ਵੋਲਟੇਜ ਡਿਵਾਈਡਡ ਬਾਏ ਕਰੰਟ, ਵੀ ਡਿਵਾਈਡਡ ਬਾਏ ਆਈ। ਤਾਂ ਇਹ ਇੱਕ ਓਮਜ਼ ਲਾਅ ਦੇ ਅਕੋਰਡਿੰਗ ਹੈ, ਜਿਹੜੇ ਸਿੰਪਲ ਸਰਕਟ ਨੇ ਉੱਥੇ ਅਸੀਂ ਇਹ ਲਗਾਉਂਦੇ ਹਾਂ, ਇਹ ਵਾਲੇ ਸਮ ਇੱਕ ਮੈਜਿਕ ਟ੍ਰੈਂਗਲ ਨਾਲ। ਔਰ ਜਿੱਥੇ ਸਾਨੂੰ ਕਈ ਵਾਰ ਵੋਲਟੇਜ ਦਿੱਤੀ ਹੈ ਉਸਦੇ ਨਾਲ ਵਾਟੇਜ ਦਿੱਤੀ ਹੈ, ਜਾਂ ਕਰੰਟ ਦਿੱਤਾ ਉਸਦੇ ਨਾਲ ਵਾਟੇਜ ਦਿੱਤੀ ਹੈ, ਜਾਂ ਰਜਿਸਟੈਂਸ ਦੇ ਨਾਲ ਵਾਟੇਜ ਦਿੱਤੀ ਹੈ, ਤਾਂ ਉੱਥੇ ਸਾਨੂੰ ਇਹ ਵਾਲੇ ਫਾਰਮੂਲੇ ਯਾਦ ਕਰਨੇ ਪੈਣੇ ਆ, ਫਿਰ ਸਾਡੇ ਕੋਲ ਉਹ ਵਾਲਾ ਸਵਾਲ ਜਿਹੜਾ ਹੈਗਾ ਉਹ ਹੱਲ ਹੋਏਗਾ। ਸੋ ਜਦੋਂ ਵੀ ਅਸੀਂ ਕੋਈ ਕੁਆਂਟਿਟੀ ਫਾਇੰਡ ਆਊਟ ਕਰਨੀ ਹੈ ਤਾਂ ਸਾਨੂੰ ਜਿਹੜੀਆਂ ਘੱਟੋ ਘੱਟ ਜਿਹੜੀਆਂ ਦੋ ਵੈਲਿਊ ਜ਼ਰੂਰ ਦੱਸੀਆਂ ਹੋਣਗੀਆਂ। ਜਿਸ ਤਰ੍ਹਾਂ ਅਸੀਂ ਵਾਟੇਜ ਫਾਇੰਡ ਆਊਟ ਕਰਨੀ ਹੈ, ਸਾਨੂੰ ਇੱਕ ਸਵਾਲ ਆਇਆ ਉਸ ਦੇ ਵਿੱਚ ਵਾਟੇਜ ਫਾਇੰਡ ਆਊਟ ਕਰਨੀ ਹੈ, ਉਸ ਦੇ ਵਿੱਚ ਜੇ ਵੋਲਟੇਜ ਔਰ ਕਰੰਟ ਦਿੱਤਾ ਹੋਇਆ, ਉਸਦੀ ਵੈਲਿਊ ਵੋਲਟੇਜ ਦੀ ਔਰ ਕਰੰਟ ਦੀ ਦਿੱਤੀ ਹੈ, ਅਸੀਂ ਪਾਵਰ ਮੇਜ਼ਰ ਕਰਨੀ ਹੈ ਤਾਂ ਉੱਥੇ ਅਸੀਂ ਵੀ ਗੁਣਾ ਆਈ, ਵੋਲਟੇਜ ਗੁਣਾ ਕਰੰਟ ਜਿਹੜਾ ਆਏਗਾ, ਜਿਹੜੀ ਵੈਲਿਊ ਆਏਗੀ ਉਹ ਵਾਟੇਜ ਹੋਏਗੀ। ਅਗਰ ਸਾਡੇ ਕੋਲ ਵੋਲਟੇਜ ਨਹੀਂ ਹੈ ਤਾਂ ਫਿਰ ਜਿਹੜਾ ਹੈਗਾ ਉੱਥੇ ਸੈਕਿੰਡ ਆ ਜਾਏਗਾ। ਇੱਥੇ ਇਹਨੂੰ ਚਾਰ ਹਿੱਸਿਆਂ 'ਚ ਡਿਵਾਈਡ ਕੀਤਾ, ਜਿਹੜੀ ਵਾਟੇਜ ਹੈਗੀ ਆ ਉਸ ਦੇ ਵਿੱਚ ਇਹ ਤਿੰਨ ਫਾਰਮੂਲਾ ਦਿੱਤੇ ਹੋਏ ਆ। ਇੱਥੇ ਜੇ ਸਾਡੇ ਕੋਲ ਵੋਲਟੇਜ ਨਹੀਂ ਦਿੱਤੀ, ਕਰੰਟ ਔਰ ਰਜਿਸਟੈਂਸ ਦਿੱਤਾ ਹੋਇਆ, ਤਾਂ ਫਿਰ ਕੀ ਹੋਏਗਾ, ਆਈ ਸਕੇਅਰ ਗੁਣਾ ਆਰ, ਫਿਰ ਅਸੀਂ ਇਸ ਤਰ੍ਹਾਂ ਵੈਲਿਊ ਫਾਇੰਡ ਆਊਟ ਕਰ ਲਾਂਗੇ। ਔਰ ਅਗਰ ਜੇ ਸਾਡੇ ਕੋਲ ਜਿਹੜਾ ਹੈਗਾ ਵੋਲਟੇਜ ਅਤੇ ਰਜਿਸਟੈਂਸ ਦਿੱਤੀ ਹੈ, ਕਰੰਟ ਨਹੀਂ ਦਿੱਤਾ ਹੋਇਆ, ਤਾਂ ਫਿਰ ਅਸੀਂ ਜਿਹੜਾ ਵੋਲਟੇਜ ਸਕੇਅਰ ਡਿਵਾਈਡਡ ਬਾਏ ਆਰ, ਯਾਨੀ ਕਿ ਵੋਲਟੇਜ ਦਾ ਸਕੇਅਰ ਕਰ ਦਾਂਗੇ ਔਰ ਉਸਨੂੰ ਆਰ 'ਤੇ, ਯਾਨੀ ਕਿ ਰਜਿਸਟੈਂਸ ਦੀ ਜਿਹੜੀ ਵੈਲਿਊ ਦਿੱਤੀ ਆ ਉਸ 'ਤੇ ਡਿਵਾਈਡ ਕਰ ਦਾਂਗੇ ਤਾਂ ਸਾਡੇ ਕੋਲ ਜਿਹੜੀ ਹੈ ਉਹ ਵਾਟੇਜ ਆ ਜਾਏਗੀ। ਸੋ ਵਾਟੇਜ ਫਾਇੰਡ ਆਊਟ ਕਰਨ ਦੇ ਇਹ ਤਿੰਨ ਫਾਰਮੂਲੇ ਨੇ, ਇਹਨਾਂ ਨੂੰ ਤੁਸੀਂ ਨੋਟ ਕਰ ਲਓ। ਸੋ ਨੈਕਸਟ ਹੈ ਰਜਿਸਟੈਂਸ। ਰਜਿਸਟੈਂਸ ਫਾਇੰਡ ਆਊਟ ਕਰਨੀ ਹੈ ਤਾਂ ਸਾਡੇ ਕੋਲ ਇਹ ਤਿੰਨ ਫਾਰਮੂਲੇ ਨੇ ਜਿਹੜੇ ਇੰਨੇ ਹਿੱਸੇ ਦੇ ਵਿੱਚ ਡਿਵਾਈਡ ਕੀਤੇ ਗਏ ਆ। ਰਜਿਸਟੈਂਸ ਜੇ ਫਾਇੰਡ ਆਊਟ ਕਰਨੀ ਹੈ ਸਾਡੇ ਕੋਲ ਵਾਟੇਜ, ਔਰ ਜੇ ਕਰੰਟ ਦਿੱਤਾ ਉਸ ਸਵਾਲ ਦੇ ਵਿੱਚ ਤਾਂ ਵਾਟੇਜ ਡਿਵਾਈਡਡ ਬਾਏ ਆਈ ਸਕੇਅਰ, ਯਾਨੀ ਕਿ ਜਿਹੜੀ ਵਾਟੇਜ ਹੈ ਉਸਨੂੰ, ਜਿਹੜੀ ਆਈ ਸਕੇਅਰ ਯਾਨੀ ਕਿ ਕਰੰਟ ਦੀ ਵੈਲਿਊ ਹੈ ਉਸਦਾ ਸਕੇਅਰ ਕਰਕੇ ਅਸੀਂ
ਡਿਵਾਈਡ ਕਰ ਦਾਂਗੇ ਤਾਂ ਸਾਡੇ ਕੋਲ ਉਸ ਸਰਕਟ ਦੀ ਰਜਿਸਟੈਂਸ ਆ ਜਾਏਗੀ। ਔਰ ਜੇ ਸਾਡੇ ਕੋਲ ਕਰੰਟ ਨਹੀਂ ਦਿੱਤਾ ਹੋਇਆ, ਵੋਲਟੇਜ ਔਰ ਵਾਟੇਜ ਦਿੱਤੀ ਹੋਈ ਹੈ, ਫਿਰ ਅਸੀਂ ਜੇ ਰਜਿਸਟੈਂਸ ਫਾਈਂਡ ਆਊਟ ਕਰਨੀ ਹੈ ਤਾਂ ਵੋਲਟੇਜ ਸਕੇਅਰ ਡਿਵਾਈਡਡ ਬਾਏ ਵਾਟੇਜ। ਇਸੇ ਤਰ੍ਹਾਂ ਜੇ ਵੋਲਟੇਜ ਔਰ ਕਰੰਟ ਦਿੱਤਾ ਫਿਰ ਅਸੀਂ ਰਜਿਸਟੈਂਸ ਫਾਈਂਡ ਆਊਟ ਕਰਨੀ ਹੈ, ਤਾਂ ਇਹ ਤਕਰੀਬਨ ਸਾਰਿਆਂ ਨੇ ਓਮਸ ਲਾ ਦੇ ਅਕੋਰਡਿੰਗ ਕਰਕੇ ਦੇਖਿਆ ਹੋਏਗਾ, ਵੋਲਟੇਜ ਡਿਵਾਈਡਡ ਬਾਏ ਕਰੰਟ ਯਾਨੀ ਕਿ ਆਈ। ਸੋ ਇਹ ਰਜਿਸਟੈਂਸ ਫਾਈਂਡ ਆਊਟ ਕਰਨ ਦੇ ਜਿਹੜੇ ਸਿੰਪਲ ਸਰਕਟ ਹੈਗੇ ਆ ਇਲੈਕਟ੍ਰੀਕਲ ਦੇ, ਉਹ ਤਿੰਨ ਫਾਰਮੂਲੇ ਨੇ। ਪਹਿਲਾ ਹੈਗਾ ਵਾਟੇਜ ਡਿਵਾਈਡਡ ਬਾਏ ਆਈ ਸਕੇਅਰ ਯਾਨੀ ਕਿ ਕਰੰਟ ਦੀ ਜਿੰਨੀ ਵੈਲਿਊ ਦਿੱਤੀ ਉਸਦਾ ਸਕੇਅਰ। ਜੇਕਰ ਕਰੰਟ ਨਹੀਂ ਦਿੱਤਾ, ਵੋਲਟੇਜ ਅਤੇ ਵਾਟੇਜ ਦਿੱਤੀ ਹੈ, ਵੋਲਟੇਜ ਸਕੇਅਰ ਡਿਵਾਈਡਡ ਬਾਏ ਵਾਟੇਜ। ਔਰ ਨੈਕਸਟ ਹੈਗਾ ਜੇ ਰਜਿਸਟੈਂਸ ਦੇ ਵਿੱਚ ਵੋਲਟੇਜ ਅਤੇ ਕਰੰਟ ਹੀ ਦਿੱਤਾ, ਫਿਰ ਅਸੀਂ ਜੇ ਰਜਿਸਟੈਂਸ ਫਾਈਂਡ ਆਊਟ ਕਰਨੀ ਹੈ ਤਾਂ ਵੋਲਟੇਜ ਡਿਵਾਈਡਡ ਬਾਏ ਆਈ ਕਰੰਟ। ਸੋ ਨੈਕਸਟ ਹੈਗਾ ਕਰੰਟ ਫਾਈਂਡ ਆਊਟ ਕਰਨਾ, ਯਾਨੀ ਕਿ ਜਿਹਨੂੰ ਅਸੀਂ ਆਈ ਨਾਲ ਦਰਸਾਉਂਦੇ ਹਾਂ। ਕਰੰਟ ਪਤਾ ਕਰਨਾ ਹੋਵੇ ਤਾਂ ਸਾਡੇ ਕੋਲ ਜਿਹੜੀ ਆ ਵਾਟੇਜ ਅਤੇ ਵੋਲਟੇਜ ਦਿੱਤੀ ਹੋਵੇ ਉਸ ਸਰਕਟ ਦੇ ਵਿੱਚ, ਕਰੰਟ ਪਤਾ ਕਰਨਾ, ਤਾਂ ਫਿਰ ਅਸੀਂ ਕਿਸ ਤਰ੍ਹਾਂ ਵੈਲਿਊ ਪੁੱਟ ਕਰਾਂਗੇ, ਵਾਟੇਜ ਡਿਵਾਈਡਡ ਬਾਏ ਵੋਲਟੇਜ। ਔਰ ਜੇਕਰ ਸਾਡੇ ਕੋਲ ਵੋਲਟੇਜ ਅਤੇ ਰਜਿਸਟੈਂਸ ਆ ਸਰਕਟ ਦੇ ਵਿੱਚ, ਫਿਰ ਕਰੰਟ ਪਤਾ ਕਰਨਾ ਹੋਵੇ ਤਾਂ ਵੋਲਟੇਜ ਡਿਵਾਈਡਡ ਬਾਏ ਰਜਿਸਟੈਂਸ। ਇਸੇ ਤਰ੍ਹਾਂ ਜੇ ਉਸ ਦੇ ਵਿੱਚ ਵੋਲਟੇਜ ਨਹੀਂ ਦੱਸੀ ਗਈ, ਸਿਰਫ ਵਾਟੇਜ ਅਤੇ ਰਜਿਸਟੈਂਸ ਦੱਸੀ ਆ ਸਵਾਲ ਦੇ ਵਿੱਚ, ਫਿਰ ਜੇ ਕਰੰਟ ਪਤਾ ਕਰਨਾ ਹੋਵੇ ਤਾਂ ਫਿਰ ਅਸੀਂ ਆਈ ਬਰਾਬਰ ਹੈ ਵਾਟੇਜ ਡਿਵਾਈਡਡ ਬਾਏ ਰਜਿਸਟੈਂਸ। ਸੋ ਅਸੀਂ ਤਿੰਨ ਤਰੀਕਿਆਂ ਦੇ ਨਾਲ ਜਿਹੜਾ ਕਰੰਟ ਪਤਾ ਕਰ ਸਕਦੇ ਹਾਂ ਇੱਕ ਸਿੰਪਲ ਸਰਕਟ ਦੇ ਵਿੱਚ। ਪਹਿਲਾ ਆ ਗਿਆ ਵਾਟੇਜ ਡਿਵਾਈਡਡ ਬਾਏ ਵੋਲਟੇਜ, ਸੈਕਿੰਡ ਆ ਗਿਆ ਵੋਲਟੇਜ ਡਿਵਾਈਡਡ ਬਾਏ ਰਜਿਸਟੈਂਸ, ਔਰ ਤੀਸਰਾ ਆ ਗਿਆ ਵਾਟੇਜ ਡਿਵਾਈਡਡ ਬਾਏ ਰਜਿਸਟੈਂਸ। ਸੋ ਅਸੀਂ ਤਿੰਨ ਤਰੀਕੇ ਦੇ ਨਾਲ ਇੱਕ ਸਿੰਪਲ ਸਰਕਟ ਜਿਹੜਾ ਹੈਗਾ ਇਲੈਕਟ੍ਰੀਕਲ ਉਸਦੇ ਵਿੱਚ ਕਰੰਟ ਪਤਾ ਕਰ ਸਕਦੇ ਹਾਂ। ਸੋ ਇਹ ਜਿਹੜਾ ਤੀਸਰਾ ਪਾਰਟ ਹੈ ਇਹ ਕਰੰਟ ਫਾਈਂਡ ਆਊਟ ਕਰਨ ਦੇ ਤਿੰਨ ਫਾਰਮੂਲੇ ਨੇ। ਸੋ ਇਸ ਸਰਕਲ ਦਾ ਜਿਹੜਾ ਚੌਥਾ ਪਾਰਟ ਹੈਗਾ ਉਹ ਵੋਲਟੇਜ ਫਾਈਂਡ ਆਊਟ ਕਰਨ ਲਈ ਹੈ, ਵੋਲਟੇਜ ਪਤਾ ਕਰਨ ਲਈ ਹੈ ਜਿਹੜਾ ਇਹ ਚੌਥਾ ਹਿੱਸਾ ਇਹ ਵਾਲਾ। ਇਸਦੇ ਵਿੱਚ ਤਿੰਨ ਜਿਹੜੇ ਫਾਰਮੂਲਾਜ਼ ਨੇ, ਤਾਂ ਪਹਿਲਾਂ ਜੇ ਅਸੀਂ ਵੋਲਟੇਜ ਫਾਈਂਡ ਆਊਟ ਕਰਨੀ ਹੈ ਔਰ ਉੱਥੇ ਸਾਨੂੰ ਵਾਟੇਜ ਅਤੇ ਕਰੰਟ ਦਿੱਤਾ, ਤਾਂ ਫਿਰ ਅਸੀਂ ਇਸ ਤਰ੍ਹਾਂ ਵੈਲਿਊ ਪੁੱਟ ਕਰਾਂਗੇ, ਵਾਟੇਜ ਡਿਵਾਈਡਡ ਬਾਏ ਕਰੰਟ ਡਬਲਿਊ ਓਵਰ ਆਈ। ਜੇ ਨੈਕਸਟ ਆ ਗਿਆ ਇੱਥੇ ਵਾਟੇਜ ਨਹੀਂ ਦਿੱਤੀ, ਕਰੰਟ ਅਤੇ ਰਜਿਸਟੈਂਸ ਦਿੱਤੀ ਹੈ, ਤਾਂ ਇੱਥੇ ਅਸੀਂ ਜੇ ਕਰੰਟ ਔਰ ਰਜਿਸਟੈਂਸ ਜਿਹੜੀ ਦਿੱਤੀ ਹੈ ਫਿਰ ਅਸੀਂ ਆਈ ਯਾਨੀ ਕਿ ਕਰੰਟ ਗੁਣਾ ਰਜਿਸਟੈਂਸ, ਇਸ ਦੀ ਜਿਹੜੀ ਮਲਟੀਪਲਾਈ ਕਰਕੇ ਗੁਣਾ ਕਰਕੇ ਜਿਹੜੀ ਵੈਲਿਊ ਆਏਗੀ ਉਹ ਵੋਲਟੇਜ ਹੋਏਗੀ। ਔਰ ਅਗਰ ਉੱਥੇ ਰਜਿਸਟੈਂਸ ਅਤੇ ਵਾਟੇਜ ਦਿੱਤੀ ਹੋਈ ਹੈ, ਫਿਰ ਅਸੀਂ ਜੇ ਵੋਲਟੇਜ ਪਤਾ ਕਰਨਾ ਤਾਂ ਉਸ ਸਵਾਲ ਦੇ ਵਿੱਚ ਵਾਟੇਜ ਅਤੇ ਰਜਿਸਟੈਂਸ ਹੀ ਸਿਰਫ ਦਿੱਤੀ ਹੈ, ਤਾਂ ਸਕੇਅਰ ਰੂਟ ਡਬਲਿਊ ਯਾਨੀ ਕਿ ਵਾਟੇਜ ਗੁਣਾ ਆਰ, ਤਾਂ ਜਿਹੜੀ ਵੈਲਿਊ ਆਏਗੀ ਉਹ ਵੋਲਟੇਜ ਦੀ ਹੋਏਗੀ। ਸੋ ਵੋਲਟੇਜ ਫਾਈਂਡ ਆਊਟ ਕਰਨ ਦੇ ਪਤਾ ਕਰਨ ਦੇ ਤਿੰਨ ਫਾਰਮੂਲੇ ਦਿੱਤੇ ਆ। ਪਹਿਲਾ ਆ ਗਿਆ ਵਾਟੇਜ ਡਿਵਾਈਡਡ ਬਾਏ ਆਈ ਯਾਨੀ ਕਿ ਕਰੰਟ, ਦੂਸਰਾ ਹੈਗਾ ਕਰੰਟ ਗੁਣਾ ਰਜਿਸਟੈਂਸ, ਤੀਸਰਾ ਹੈਗਾ ਸਕੇਅਰ ਰੂਟ ਵਾਟੇਜ ਇੰਟੂ ਆਰ ਯਾਨੀ ਕਿ ਰਜਿਸਟੈਂਸ। ਸੋ ਅਸੀਂ ਤਿੰਨ ਫਾਰਮੂਲੇ ਦੀ ਹੈਲਪ ਦੇ ਨਾਲ ਵੋਲਟੇਜ ਪਤਾ ਕਰਦੇ ਹਾਂ ਇੱਕ ਸਿੰਪਲ ਜਿਹੜਾ ਇਲੈਕਟ੍ਰੀਕਲ ਸਰਕਟ ਹੈਗੇ ਆ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ, ਕਿਉਂਕਿ ਜੇ ਅਸੀਂ ਇਸ ਤੋਂ ਨੈਕਸਟ ਕੈਲਕੂਲੇਸ਼ਨ ਨਾਲ ਰਿਲੇਟਡ ਕੁਐਸਚਨ ਕਰਾਂਗੇ ਤਾਂ ਪਹਿਲਾਂ ਸਾਨੂੰ ਫਾਰਮੂਲੇ ਪਤਾ ਹੋਣੇ ਚਾਹੀਦੇ ਆ ਕਿ ਕਿਹੜੀ ਵੈਲਿਊ ਅਸੀਂ ਕਿਸ ਤਰ੍ਹਾਂ ਉੱਥੇ ਪੁੱਟ ਕਰਨੀ ਹੈਗੀ ਆ, ਭਰਨੀ ਹੈਗੀ ਆ। ਸੋ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ, ਔਰ ਜਿਹੜੇ ਸਾਥੀ ਇਸ ਚੈਨਲ 'ਤੇ ਨਵੇਂ ਨੇ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਵੀਡੀਓ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮੱਚ।